ਪਈ ਕੀ ਲਿਖ ਬੈਠਾ ਕੀ ਕੀ ਲਿਖਿਆ ਮੈਂ ਕੀ ਲਿਖਿਆ ਮੈਂ ਕੀ ਦੱਸਾਂ ਮੈਂ ਕੀ ਲਿਖਿਆ ਆ ਗਿਆ ਆ ਗਿਆ ਮਿਰਜ਼ਾ ਆ ਗਿਆ ਕੀ ਲਿਖ ਬੈਠਾ ਮੈਂ ਮਿਰਜ਼ਾ ਸਾਹਿਬ ਦੀ ਸ਼ਾਇਰੀ ਅੱਛਾ ਜੀ ਪਹਿਲੀ ਵਾਰ ਇੱਥੇ ਸੁਣਾਉਣੀ ਇਹਨਾਂ ਨੇ ਵਾਹ ਵਾਹ ਓ ਹੋ ਹੋ ਵੱਡੇ ਸ਼ਾਇਰ ਮੇਰੀ ਦੁਆ ਨਾ ਬਹਿ ਜਾਓ ਬੋਤਲ ਨਹੀਂ ਪੀਣੀ ਫਿਰ ਵੀ ਮੈਂ ਬੋਤਲ ਨਹੀਂ ਯਾਰ ਨਾ ਫਿਰ ਨਹੀਂ ਪੀਣੀ ਫਿਰ ਮੈਂ ਵਾਪਸ ਬੁਲਾ ਲਾ ਮੁੰਡੇ ਨੂੰ ਨਹੀਂ ਪੀਣੀ ਮੁੰਡੇ ਨੂੰ ਵਾਪਸ ਬੁਲਾ ਲਾ ਮਿਰਜ਼ਾ ਸਾਹਿਬ ਇੱਧਰ ਪਹਿਲੇ ਤੁਹਾਨੂੰ ਮੈਂ ਕਰਾ ਦਵਾਂ ਤਾਰਫ ਠੀਕ ਹੈ ਜੀ ਇਹ ਨੇ ਆਪਣਾ ਸੱਜ ਸਾਹਿਬ ਪੰਪ ਵਰਕਸ ਪੰਪ ਵਰਕਸ ਠੀਕ ਹੈ ਜੀ ਪੰਪ ਨੂੰ ਕੀ ਕਰਦੇ ਆ ਹਾਂਜੀ ਪੰਪਾਂ ਨੂੰ ਕੀ ਕਰਦੇ ਪੰਪ ਨੂੰ ਨਹੀਂ ਕਰਦੇ ਹਾਂਜੀ ਹਾਂਜੀ ਇਹ ਪੰਪ ਕਰਦੇ ਆ ਅੱਛਾ ਅੱਛਾ ਰੇਸ ਕਰਦੇ ਆ ਯਾਨੀ ਕਿ ਪੰਪ ਹੀ ਕਰਦੇ ਹਰ ਇੱਕ ਨੂੰ ਠੀਕ ਹੋ ਗਿਆ ਤੇ ਉਹ ਪੰਪ ਚੁੱਕਣ ਨਹੀਂ 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 ਇਹਨਾਂ ਨੂੰ ਰੇਸ਼ਾ ਹੋਇਆ ਸੀ ਇਹਨਾਂ ਨੇ ਥੁੱਕ ਸਿੱਟਿਆ ਅੱਗੇ ਇਹ ਪਲੰਬਰਦਾਰ ਆ ਜੀ ਪਲੰਬਰਦਾਰ ਆ ਲੇਕਿਨ ਭਾਈ ਜਾਨ ਨਹੀਂ ਬੋਤਲ ਲੰਮ ਗਈ ਤੇਰੀ ਮਿਹਰਬਾਨੀ ਓਹੋ ਜੀ ਤੁਸੀਂ ਉਹ ਜੋ ਘਰ ਆਏ ਹੋ ਠੀਕ ਆ ਮਹਿਮਾਨ ਆਇਆ ਹੋਵੇ ਉਤੋਂ ਮੇਰਾ ਬਚਪਨ ਦਾ ਯਾਰ ਹੋਵੇ ਉਤੋਂ ਸ਼ਾਇਰ ਹੋਵੇ ਕੀ ਬਾਤ ਹੈ ਤੇ ਬੋਤਲ ਤੁਸੀਂ ਕਹੀ ਜਾ ਰਹੇ ਵੀ ਨਾ ਮੰਗਾਈ ਬੋਤਲ ਨਹੀਂ ਚਲੋ ਇਹ ਚਾਚਾ ਜੀ ਕੌਣ ਨੇ ਇਹ ਚਾਚਾ ਜੀ ਨੇ ਹਾਂਜੀ ਹਾਂਜੀ ਕਾਨੂੰਨੀ ਦਾਉ ਪੇਜ ਦੇ ਮਾਹਰ ਵਾਕਈ ਇਹ ਨੇ ਸਾਡੇ ਇਮਲੀ ਸਾਹਿਬ ਇਹ ਹੋਟਲ ਚਾਹ ਦਾ ਤੁਹਾਨੂੰ ਯਾਦ ਆ ਪਹਿਲੇ ਮੇਰਾ ਹੁੰਦਾ ਸੀ ਚਾਹ ਦਾ ਆਰਡਰ ਦਿੱਤਾ ਬੜੀ ਪੁਰਾਣੀ ਗੱਲ ਉਹ ਮੈਂ ਇਹਨਾਂ ਨੂੰ ਦੇਤਾ ਠੀਕ ਆ ਜੀ ਪਰ ਬੋਤਲ ਨਾ ਮੰਗਾਈ ਅੱਛਾ ਸ਼ਾਇਰ ਲੋਕ ਹੋ ਤੁਸੀਂ ਮੰਗਾ ਲੈਣੇ ਆ ਬੋਤਲ ਚਲੋ ਫਿਰ ਮੰਗਾ ਲਓ ਇੰਨੇ ਜੋ ਤਰਲੇ ਕਰਨ ਦੇ ਤੁਸੀਂ ਮੰਗਾ ਲਓ ਮਜ਼ਾਕ ਮਜ਼ਾਕ ਚ ਜਿਲਾ ਤੁਸੀਂ ਸੀਰੀਅਸ ਹੋ ਗਏ ਨਾ ਮਾਸ਼ਾਅੱਲਾ ਚਾਹ ਬਹੁਤ ਥੋੜੀ ਆ ਹਾਂਜੀ ਹਾਂਜੀ ਅੱਛੀ ਚਾਹ ਹਮੇਸ਼ਾ ਥੋੜੀ ਹੁੰਦੀ ਹੈ ਅੱਛੀ ਚੀਜ਼ ਜਿਹੜੀ ਹੁੰਦੀ ਨਾ ਅੱਛਾ ਅੱਛੀ ਚੀਜ਼ ਠੀਕ ਹੈ ਉਹ ਸ਼ਾਰਟ ਹੁੰਦੀ ਹੈ ਅੱਛਾ ਅੱਛਾ ਜਿਹੜੀ ਐਵੇਂ ਹੀ ਹੁੰਦੀ ਆ ਨਾਕਸ ਚੀਜ਼ ਉਹ ਐਵੇਂ ਫੈਲੀ ਹੁੰਦੀ ਹੈ ਮੋਟੀ ਟੈਪ ਤੇ ਇਹ ਉਹ ਮੂੰਹ ਤਰ੍ਹਾਂ ਅੱਛਾ ਜੀ ਇਹਨਾਂ ਦਾ ਹੋ ਗਿਆ ਤਾਰਫ ਠੀਕ ਹੈ ਠੀਕ ਹੈ ਖੱਬੇ ਹੱਥ ਮੁੜ ਜਾਓ ਇਹ ਸਾਹਮਣੇ ਹਕੀਮ ਸਾਹਿਬ ਨੇ ਟਿੰਗੂ ਖਾਨ ਸਾਹਿਬ ਇੱਕ ਹਿਕਮਤ ਤੇ ਅਮਲੀ ਵਾਲੇ ਹੋਏ ਨੇ ਬਹੁਤ ਵੱਡੇ ਅੱਛਾ 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 ਯਾਨੀ ਕਿ ਇਲਾਜ ਕਰਦੇ ਇਲਾਜ ਉਹਨਾਂ ਦਾ ਇਹ ਭਤੀਜਾ ਹੈ ਜੀ ਇਹ ਦੋ ਸੋਡਾ ਨਹੀਂ ਚਾਹ ਵਾ ਨਹੀਂ ਐਡਾ ਮੈਂ ਤੇ ਘੁੱਟ ਨਹੀਂ ਮਿਲਦਾ ਸ਼ਾਇਰ ਲੋਕ ਸ਼ਾਇਰ ਲੋਕ ਉਹਨਾਂ ਦੇ ਨਾਲ ਜਿਹੜੇ ਬੈਠੇ ਨੇ ਕੌਣ ਬੈਠੇ ਇਹ ਜਿਹੜੇ ਨਾਲ ਹੈ ਇਹਨੇ ਨਾਈ ਉਹ ਕੁਰਸੀ ਉਹਨਾਂ ਦੀ ਆ ਸ਼ੇਪ ਕਰਾਉਣੀ ਹੋਵੇ ਮਿਰਜ਼ਾ ਸਾਹਿਬ ਕਟਿੰਗ ਕਰਾਉਣੀ ਹੋਵੇ ਕੀ ਯਾਰ ਕਹਿਤਾ ਕਰਾਉਣੀ ਆ ਉਹ ਤੁਸੀਂ ਇਹਦੇ ਕੋਲ ਦੇਖ ਲੈਣਾ ਪਹਿਲੇ ਕੰਮ ਇਹਦਾ ਠੀਕ ਹੈ ਆ ਕੇ ਕਰੂਗਾ ਕਿ ਅਸੀਂ ਜਾਣਾ ਪੈਣਾ ਇਹ ਘਰ ਜਾ ਕੇ ਸ਼ੇਵ ਕਰਨ ਦੇ ਕਿੰਨੇ ਪੈਸੇ ਲੈਣਾ ਜੀ ਮਹਿੰਗਾਈ ਨੂੰ ਮੱਦੇਨਜ਼ਰ ਰੱਖਦੇ ਹੋਏ 1100 ਰੁਪਇਆ ਜਨਾਬ 1100 ਰੁਪਇਆ ਤੇ ਜੇ ਇੱਥੇ ਆ ਕੇ ਕਰਾ ਲੈਣ 20 ਰੁਪਏ ਲੋ ਇਹ ਤਾਂ ਕੋਈ ਏਡਾ ਫਰਕ ਨਾ ਹੋਇਆ ਨਹੀਂ ਨਹੀਂ ਘਰ ਆ ਕੇ 1100 ਰੁਪਇਆ ਇੱਥੇ 20 ਰੁਪਏ ਇੱਥੇ 20 ਰੁਪਏ ਜੇ ਅਸੀਂ ਅੱਧ ਚ ਆ ਜਾਈਏ ਤੇ ਅੱਧ ਚ ਆਇਆ ਜੀ ਫੇਰ ਕਿੰਨੇ ਪੈਸੇ ਲਊਗਾ ਹਾਂ ਵੀ ਫੇਰ ਦੱਸ ਹਾਂ ਫੇਰ ਐਂਬੀਆਂ ਫ੍ਰੀ ਦੇ ਦਿਓ ਬਸ ਠੀਕ ਆ ਆ ਹਕੀਮ ਇਹ ਹਕੀਮ ਸਾਹਿਬ ਨੇ ਜੜੀ ਬੂਟੀਆਂ ਐਸੀ ਐਸੀ ਵੀ ਜੜੀ ਜੜੀ ਬੂਟੀ ਤੂੰ ਕਵੇਂ ਇਹਨਾਂ ਕੋਲ ਹੈਗੀ ਹੈ ਇਹਨਾਂ ਕੋਲ ਮੇਰੀ ਲੱਤ ਨਹੀਂ ਕੰਮ ਕਰਨ ਡਈ ਨਹੀਂ ਕਰ ਰਹੀ ਕੰਮ ਕੋਈ ਇੱਥੇ ਆ ਜੇ ਜੀ ਨਹੀਂ ਕੰਮ ਕਰਦੀ ਅੱਛਾ ਗੱਲ ਇਹ ਆ ਕਿ ਮਿਰਜ਼ਾ ਸਾਹਿਬ ਮੈਂ ਕੀ ਲਿਖ ਬੈਠਾ ਆ ਗਿਆ ਜੀ ਆ ਹੀ ਮੈਂ ਕਹਿਣ ਲੱਗਾ ਸਾ ਵੀ ਬੜਾ ਅਰਸਾ ਹੋ ਗਿਆ ਜਦੋਂ ਦੀ ਤੁਹਾਨੂੰ ਸੱਟ ਲੱਗੀ ਆ ਮੈਂ ਕੋਈ ਸ਼ੇਰ ਨਹੀਂ ਸੁਣਿਆ ਮੈਂ ਕੀ ਲਿਖ ਬੈਠਾ ਮਿਰਜ਼ਾ ਗਿਆ ਜੇ ਆ ਬੋਤਲ ਲਵੋ ਮਗਾ ਆ ਹਾ ਹਾ ਚਾਹ ਮੁੱਕ ਗਈ ਬੋਤਲ ਠਹਿਰ ਕੇ ਮੰਗਾ ਲਈ ਠੀਕ ਆ ਮਿਰਜ਼ਾ ਸਾਹਿਬ ਹਾਂਜੀ ਤਾਜ਼ਾ ਕਲਾਮ ਕੀ ਲਿਖ ਬੈਠਾ ਪਈ ਜਾਨੀ ਮੈਂ ਕੀ ਲਿਖ ਬੈਠਾ ਹਾਏ 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 ਇਹੀ ਤਾਂ ਮੈਂ ਸੁਣਨਾ ਚਾਹ ਰਿਹਾ ਵੀ ਤੂੰ ਕੀ ਲਿਖ ਬੈਠਾ ਕੀ ਲਿਖ ਬੈਠਾ ਹਾਂ ਸੁਣਾ ਸੁਣਾ ਲੈਣ ਚੁੱਪ ਕਰ ਜਾ ਚੁੱਪ ਸ਼ੇਰ ਸ਼ੁਰੂ ਕਰ ਦੇ ਬਸ ਨਹੀਂ ਦਿੱਤੀ ਦਾਲ ਰਕੀਬਾ ਓਏ ਕਮਾ ਓਏ ਬੰਦ ਉਰੇ ਆ ਉਰੇ 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 ਆ ਜਾ ਮਿਰਜ਼ਾ ਸਾਹਿਬ ਦੀ ਗੱਲ ਮੰਨਿਆ ਕਰੋ ਇੱਕ ਮਿੰਟ ਇਧਰ ਆ ਇਧਰ ਆ ਚਲਾਈ ਕਿੰਨੇ ਸੀਗੀ ਮਸ਼ੀਨ ਕਿੰਨੇ ਚਲਾਈ ਸੀ ਉਸਤਾਦ ਮੇਰੇ ਨੇ ਇੱਥੇ ਖਲੋ ਜਰਾ
ਮੈਨੂੰ ਸਟੈਗਰ ਹੀ ਮਾਰ ਦਿੰਦਾ ਕੰਜਰ ਜੀ। ਓਏ ਕਲਾ ਤਰ ਅਸੀਂ ਆਪਣਾ ਕੰਮ ਨਾ ਕਰੀ ਹੁਣ ਜਾਨੀ ਸਾਹਿਬ, ਇੱਥੇ ਤੁਸੀਂ ਸ਼ਾਇਰ ਲਿਆ ਕੇ ਛੱਡਤਾ। ਤੇ ਯਾਰ ਤੂੰ ਫਿਰ ਪਹਿਲੇ ਕਰ ਲੈਣਾ, ਬਾਅਦ ਚ ਕਰ ਲੈਣਾ। ਇਧਰੋਂ ਉਹਨੇ ਮਿਰਜ਼ਾ ਸਾਹਿਬ ਨੇ ਸ਼ੇਰ ਸ਼ੁਰੂ ਕੀਤਾ, ਨਾਲ ਹੀ ਤੂੰ ਭੂ ਜਿਹਨੂੰ ਕਰ ਦਿੱਤਾ। ਨਹੀਂ ਦਿੱਤੀ ਦਾਲ ਰਕੀਬਾਂ ਨੇ, ਨਹੀਂ ਦਿੱਤੀ ਦਾਲ ਦਾਲ ਰਕੀਬਾਂ ਨੇ, ਨਹੀਂ ਦਿੱਤੀ ਦਾਲ ਰਕੀਬਾਂ ਨੇ। ਅੱਛਾ ਇਹ ਵੈਸੇ ਮੈਂ ਹੁਣ ਤੁਹਾਨੂੰ ਮੈਂ ਪੁੱਛਦਾ ਵੀ ਇਹ ਤੁਸੀਂ ਕੀ ਲਿਖ ਬੈਠੇ? ਕੀ ਲਿਖ ਬੈਠਾ? ਆਹੋ ਕਿੱਥੇ ਹੈ ਜਿਹੜਾ? ਕਦੋਂ ਕੀ ਦਿੱਤੀ ਦਾਲ ਰਕੀਬਾਂ ਨੇ? ਦਾਲ ਹੈ ਨਾ, ਮੰਗਣ ਗਏ ਸੀ, ਨਹੀਂ ਦਿੱਤੀ ਅਗਲੇ ਨੇ। ਅਗਲੇ ਨੇ ਆਹਾ, ਕੀ ਸ਼ੇਰ ਆ! ਨਹੀਂ ਦਿੱਤੀ ਦਾਲ ਰਕੀਬਾਂ ਨੇ। ਓ ਹੋ ਹੋ, ਇੱਕ ਮਿੰਟ ਦਾ ਮਜ਼ਾ ਲੈ ਦਿਓ ਮੈਨੂੰ। ਨਹੀਂ ਦਿੱਤੀ ਦਾਲ ਰਕੀਬਾਂ ਨੇ, ਵਾਹ ਭੀਮ ਸਾਹਿਬ ਵਾਹ 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 ਵਾਹ। ਉਹਨਾਂ ਨੇ ਦਾਲ ਨਹੀਂ ਦਿੱਤੀ ਤਾਂ ਤੁਸੀਂ ਕਾਹਦੇ ਮਜ਼ੇ ਲੈਂਦੇ ਹੋ? ਉਹਦਾ ਦੁੱਖ 'ਚ ਸ਼ਰੀਕ ਨਹੀਂ ਹੋਣਾ। ਆਹ ਦੁੱਖ ਦਾ ਮਜ਼ਾ, ਹਾ ਹਾ। ਨਹੀਂ ਦਿੱਤੀ ਦਾਲ ਸ਼ਰੀਕਾਂ ਨੇ, ਨਹੀਂ ਦਿੱਤੀ ਦਾਲ ਰਕੀਬਾਂ ਨੇ। ਰਕੀਬਾਂ ਨੇ ਅਸੀਂ ਗੋਸ਼ਤ ਲੱਭਦੇ ਫਿਰਦੇ ਆ। ਵਾਹ ਵਾਹ ਵਾਹ, ਨਹੀਂ ਦਿੱਤੀ ਦਾਲ ਲਿਖ ਬੈਠਾ, ਨਹੀਂ ਦਿੱਤੀ ਦਾਲ ਰਕੀਬਾਂ ਨੇ। ਓਹੋ, ਮਿਰਜ਼ਾ ਗੋਸ਼ਤ ਲੱਭਦਾ ਫਿਰਦਾ ਏ, ਉਹਨੂੰ ਬਾਰਿਸ਼ ਚੰਗੀ ਲੱਗਦੀ ਏ, ਅਸੀਂ ਜਿੱਤੀ ਬਾਜ਼ੀ ਹਾਰ ਗਏ। ਬਚਪਨ ਦੇ ਦੋਸਤ ਨੇ ਮੇਰੇ, ਜਿਹੜਾ ਜੋ ਕਹਿ ਰਹੇ ਨੇ ਉਹੀ ਹੱਕ ਆ। ਅੱਛਾ ਜੀ, ਹਾਂਜੀ। ਲੋ ਬਸ ਇੱਥੇ ਛੁਰੀ ਰੱਖ ਕੇ ਫੇਰਦੇ ਹੋਏ, ਗਲਤ ਕਹਿਣ ਦੇ ਆ। ਗਲਤ ਕੀ ਕੀ ਗਲਤ ਆ? ਇਹਦੇ ਚ ਬਦਨ ਨਹੀਂ ਹੈਗਾ, ਇਹਦੇ ਚ ਰਦੀਫ ਕਾਫੀਆ ਨਹੀਂ ਹੈਗਾ। ਕਦੀਫ ਰਾਫੀਆ ਹੈਗਾ? ਕੀ ਦਿੱਤੀ ਦਾਲ ਰਕੀਬਾਂ ਨੇ, ਦਿੱਤੀ ਦਾਲ ਰਕੀਬਾਂ ਨੇ। ਅਸੀਂ ਮਿਰਜ਼ੇ ਵੰਡਦੇ ਫਿਰਦੇ ਆ, ਮਿਰਜ਼ਾ ਗੋਸ਼ਤ ਲੱਭਦਾ ਫਿਰਦਾ ਏ, ਮਿਰਜ਼ਾ ਗੋਸ਼ਤ ਲੱਭਦਾ ਫਿਰਦਾ ਏ। ਆ ਦੇਖੋ ਮਿਰਜ਼ਾ ਇੱਕ ਪੂਰਾ ਬਦਨ ਆ। ਨਹੀਂ ਅਸੀਂ ਤੇਜ਼ ਕਹਿ ਕੇ ਨਗਾਤਾ, ਮਿਰਜ਼ਾ ਗੋਸ਼ਤ ਵੰਡਦਾ ਬਚਪਨ ਚ ਜਾਣਦਾ। ਇਹ ਬਚਪਨ ਚ ਵੀ ਨਾ ਸ਼ੇਰ ਕਹਿ ਦਿੰਦਾ ਹੁੰਦਾ ਸੀ, ਸ਼ੇਰ ਮੈਂ ਬੜੇ ਬੜੇ ਸ਼ੇਰ ਕਹੇ, ਬੜੇ ਬੜੇ। 9-10 ਸਾਲ ਦਾ ਸੀ। ਆਹੋ ਆਹੋ, ਅਸੀਂ ਕਈ ਵਾਰੀ ਸਾਨੂੰ ਘਰਦਿਆਂ ਨੇ ਰੋਕਿਆ ਵੀ ਇਹ ਜਦੋਂ ਸ਼ੇਰ ਕਵੇ ਤੁਸੀਂ ਇਹਦੇ ਲਾਗੇ ਨੀ ਬਹਿਣਾ, ਉਦੋਂ ਵੀ ਇਹਨੂੰ ਆਦਤ ਸੀ। ਸੁਣੋ ਜੀ, ਮਿਰਜ਼ਾ ਕੱਢੋ ਜਾਂ ਫਿਰ ਵਿੱਚੋਂ ਗੋਸ਼ਤ ਕੱਢ ਦਿਓ। ਭਾਈ ਜੀ ਦੇਖੋ, ਉਹਨੇ ਪੂਰਾ ਕੀਤਾ, ਪੂਰਾ ਕੀਤਾ ਵਾ, ਕੀਤਾ। ਨਹੀਂ ਦਿੱਤੀ ਦਾਲ ਰਕੀਬਾਂ ਨੇ, ਮਿਰਜ਼ਾ ਗੋਸ਼ਤ ਲੱਭਦਾ ਫਿਰਦਾ ਏ। ਵਾਹ ਵਾਹ ਵਾਹ, ਉਹਨੂੰ ਬਾਰਿਸ਼ ਚੰਗੀ ਲੱਗਦੀ ਏ। ਐ ਠੀਕ ਆ, ਉਹਨੂੰ ਬਾਰਿਸ਼ ਚੰਗੀ ਲੱਗਦੀ ਏ, ਅਸੀਂ ਜਿੱਤੀ ਬਾਜ਼ੀ ਹਾਰ ਗਏ। ਹਾ ਹਾ, ਓ ਹੋ ਹੋ ਹੋ, ਕਿੱਥੇ ਦੀ ਗੱਲ ਕਿੱਥੇ ਲਿਆ ਕੇ ਮਿਰਜ਼ੇ ਨੇ ਕੀ ਆਪਸ ਜੱਫੀ ਪਵਾਈ? ਆ ਮੇਰੀ ਗੱਲ ਸੁਣ ਭਾਈ। ਕੀ ਗੱਲ? ਇਨਸਾਨੀਅਤ ਕੋਈ ਚੀਜ਼ ਹੁੰਦੀ ਆ? ਉਹ ਯਾਰ ਤੇਰੀ ਕਿ ਨੇਚਰ ਹੀ ਆ, ਇਨਸਾਨੀਅਤ ਵੀ ਕੋਈ ਸਿੱਧਾ ਕਹ, ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ? ਮੈਂ ਕਿਹਾ ਇਹ ਛੋਟੇ ਛੋਟੇ ਬੱਚੇ ਆ ਸਾਡੇ, ਇਦਾਂ ਦਾ ਬੇਵਜ਼ਨ ਸ਼ੇਰ ਨਾ ਸੁਣਾ। ਅੱਛਾ ਫਿਰ ਅਗਲਾ ਸੁਣ ਲੈ, ਲੰਬੇ ਵਾਲ ਨੇ ਸੱਜਣਾ ਦੇ। ਲੰਬੇ ਵਾਲ ਨੇ ਸੱਜਣਾ ਦੇ, ਇਹ ਬੰਦਾ ਲੰਬੇ ਵਾਲ ਨੇ ਸੱਜਣਾ ਦੇ, ਲੰਬੇ ਵਾਲ ਨੇ ਸੱਜਣਾ ਦੇ। ਯਾਰ ਦੇਖਦਾ ਫਿਰ ਮੈਨੂੰ ਸਮਝ ਨਹੀਂ ਆਉਂਦੀ, ਲੰਬੇ ਵਾਲ ਨੇ ਸੱਜਣਾ ਦੇ, ਇਹ ਤਾਂ ਫਿਰ ਆਪਣੇ ਕੋਲ ਬਦਨ ਪੂਰਾ ਕੀਤਾ ਦਾ। ਦਰਅਸਲ ਲੰਬੇ ਬਹੁਤ ਨੇ ਵਾਲ। ਓਏ ਤੂੰ ਐਡਾ ਇਸਲਾਮੀ ਕੰਡੇ ਦਾ ਮਾਲਕ, ਬਹਿ ਜਾ ਇੱਥੇ, ਹਰ ਚੀਜ਼ 'ਚ ਬਦਨ ਪੂਰਾ ਕਰ ਰਿਹਾ ਤੂੰ। ਸਹੀ ਗੱਲ। ਇੱਕ ਮਿੰਟ ਯਾਰ, ਇੱਕ ਮਿੰਟ। ਲੰਬੇ ਵਾਲ ਨੇ ਸੱਜਣਾ, ਮੇਰੇ ਤਾਂ ਮੈਂ ਕਹਿਣਾ ਪੂਰਾ ਸਾਹਮਣੇ ਆਈ ਹੈ। ਲੰਬੇ ਵਾਲ ਨੇ ਕੀ ਸੀ? ਲੰਬੇ ਵਾਲ ਨੇ ਸੱਜਣਾ, ਹਾਂ ਲੰਬੇ ਵਾਲ ਨੇ ਸੱਜਣਾ ਦੇ। ਠੰਡਾ ਕੀ ਆ ਗਈ? ਇਹ ਜਰਾ ਦੂਜੇ ਦਰ, ਲੰਬੇ ਵਾਲ ਨੇ ਸੱਜਣਾ ਦੇ, ਲੰਬੇ ਵਾਲ ਨੇ ਸੱਜਣਾ ਦੇ, ਲੰਬੇ ਵਾਲ ਨੇ ਸੱਜਣਾ ਦੇ। ਆਹ ਹਾ ਵਾ 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 ਵਾ, ਤਾੜੀਆਂ ਮਿਰਜ਼ਾ, ਕੀ ਬਾਤ ਹੈ ਤੇਰੀ! ਮੈਂ ਕਿਤਾਬ ਛਪ ਯਾਰ, ਇਹਨੂੰ ਇਹਦਾ ਲੈ ਕੇ ਦੇ, ਇਹਦਾ ਨਾ ਕਾਨੂੰਨੀ ਕਾਰਵਾਈ ਕਰਕੇ ਨਾ ਚਾਚਾ ਮਿਰਜ਼ੇ ਦੀ ਵੱਡੀ ਕਿਤਾਬ ਛਪਾ। ਔਰ ਮੇਨ ਤੇ ਲਿਖਿਆ ਹੋਣਾ ਵਾ ਕਿ ਲੰਬੇ ਵਾਲ ਨੇ ਸੱਜਣਾ ਦੇ। ਆਹ ਦੇ ਜ਼ਰਾ ਵੱਡਾ ਕਰਕੇ ਲਿਖ, ਵੱਡਾ ਕਰਕੇ ਲਿਖੂੰਗਾ ਅੱਗੇ। ਲੰਬੇ ਵਾਲ ਨੇ ਸੱਜਣਾ ਦੇ, ਆਹਾ ਆਖੀ ਸਾਡੇ ਮਿਰਜ਼ੇ ਨੂੰ ਬਿੱਲ ਤਾਰਨ ਵਾਲਾ ਏ। ਆਹਾ ਰਦੀਫ ਤਾਂ ਰਲਣਾ ਚਾਹੀਦਾ, ਮੇਰੀ ਗੱਲ ਸੁਣੋ। ਰਦੀਫ ਤਾਂ ਰਲਣਾ ਚਾਹੀਦਾ, ਤੇਰਾ ਵੱਡਾ ਮੁੰਡਾ ਛੋਟੇ ਨਾਲ ਨਹੀਂ ਰਲਦਾ, ਅਸੀਂ ਕੁਛ ਕਿਹਾ? ਮਿਰਜ਼ਾ ਤੂੰ ਮੇਰਾ ਯਾਰ ਆ, ਤੂੰ ਇਹਨਾਂ ਦੇ ਮੂੰਹ ਨਾ ਲੱਗ, ਇਹਨਾਂ ਦੇ ਮੂੰਹ ਨਾ ਲੱਗ। ਠਹਿਰ ਜਾ, ਆ ਦੇਖੀ ਤੂੰ ਜ਼ਰਾ ਪਿੱਛੋਂ ਸਾਹਮਣੇ ਆ,
ਠੀਕ ਆ ਲੰਮੇਵਾਲ ਨੇ ਸੱਜਣਾ ਦੇ ਦੇ ਲੇਟ ਦੇ ਰਿਹਾ ਤੂੰ ਅੱਛਾ 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 ਲੰਮੇਵਾਲ ਨੇ ਸੱਜਣਾ ਦੇ क्या कहने मिर्जा आजा लंमेवाल ने सजना दे एक मिनट वापस आ ले लंमेवाल ने सजना दे लंमेवाल ने सजना दे लंमेवाल ने सजना दे लंमेवाल ने सजना दे दे लंमेवाल ने सजना दे लंमेवाल ने सजना दे लंमेवाल ने सजना दे लंमेवाल ने सजना दे छोटे छोटे बच्चों के जिना ते असर पैंदा शेर तो होया देखो पिछोली विच पा दाने चोली विच पा दाने असा दिल दे छड़िया तेरे दिल दी रब जाने हकीम साहब चेंज लैके आओ उधर वेख तू भी इदां कर चोली विच पा दा ऐदा कर ला तू भी सही हिट हो जाएगा।